ਅਸੀਂ ਕੋਈ ਇੰਨੇ ਜਾਬਰ ਵੀ ਨਹੀਂ ਗਏ ਕਿ ਆਪਣਾ ਇਸਤਰੀ ਜਾਤੀ ਦੇ ਕੋਈ ਤਸ਼ੱਦਦ ਕਰੀਏ ਜਾਂ ਇਸਤਰੀ ਜਾਤੀ ਨੂੰ ਉਹਦੀ ਪਰੇਸ਼ਾਨੀ ਦਾ ਸਾਹਮਣਾ ਕਰ ਸਕਦੇ। ਫਿਰ ਕਿਉਂਕਿ ਬੇਟੀ ਕਰਕੇ ਉਹਨਾਂ ਵੱਲੋਂ ਆਇਆ ਵੀ ਸਾਨੂੰ ਮਾਫ਼ੀ ਦਿੱਤੀ ਜਾਵੇ। ਮੈਂ ਸਮਝਦਾ ਕਿ ਚਲੋ ਮਾਫ਼ੀਆਂ ਦਾ ਬੜਬੜੇ ਸਿੱਖ ਧਰਮ ਦਾ ਬਹੁਤ ਵਿਸ਼ਾਲ ਆ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬੀਤੇ ਦਿਨ ਯੋਗਾ ਤੇ ਸ਼ੀਰਸ਼ ਆਸਨ ਕਰਨ ਵਾਲੀ ਲੜਕੀ ਦਾ ਮਸਲਾ SGPC ਵੱਲੋਂ ਅੰਤਰਿੰਗ ਕਮੇਟੀ ਦੀ ਬੈਠਕ ਵਿੱਚ ਵਿਚਾਰਿਆ ਗਿਆ, ਜਿਸ ਤੋਂ ਬਾਅਦ ਕਮੇਟੀ ਨੇ ਦਰਬਾਰ ਸਾਹਿਬ ਦੇ ਵਿੱਚ ਵੀਡੀਓਗ੍ਰਾਫੀ ਤੇ ਸਖਤ ਪਾਬੰਦੀ ਦੀ ਗੱਲ ਨੂੰ ਦੁਹਰਾਇਆ ਤੇ ਲੋਕਾਂ ਨੂੰ ਆਗਾਹ ਕੀਤਾ ਕਿ ਧਾਰਮਿਕ ਸਥਾਨਾਂ ਤੇ ਮਰਿਆਦਾ ਦਾ ਧਿਆਨ ਰੱਖਿਆ ਜਾਵੇ। ਜਿਹੜਾ ਇੱਥੇ ਯੋਗਾ ਕਰਨ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਹੁਤ ਸਾਰਿਆਂ ਪੱਖਾਂ ਤੋਂ ਲੋਕਾਂ ਨੇ ਰਾਇਆਂ ਵੀ ਦਿੱਤੀਆਂ, ਉਹਦੇ ਵੱਲੋਂ ਵੀ ਲਿਖ ਕੇ ਆਇਆ, ਪਰ ਮੈਂ ਅਕਸਰ ਹੀ ਕਿਉਂਕਿ ਮੈਂ ਬਹੁਤ ਇਹਦੀ ਡੰਗਾਈ 'ਚ ਆਪਣੇ ਵਿਚਾਰ ਪਹਿਲਾਂ ਵੀ ਦੇ ਚੁੱਕਾ, ਪਰ ਅੱਜ ਅਬਜੈਕਟਰ ਦੀ ਮੀਟਿੰਗ ਸੀ, ਇਹਨੂੰ ਬੜੇ ਸਖ਼ਤ ਲਫ਼ਜ਼ਾਂ ਦੇ ਵਿੱਚ ਇਹਨੂੰ ਕੰਡੈਮ ਨਹੀਂ ਕੀਤਾ, ਇਹਨੂੰ ਤਾੜਨਾ ਕੀਤੀ ਗਈ ਕਿ ਰਹਿਤ ਮਰਿਆਦਾ ਦੇ ਪੱਖ ਤੋਂ ਇੱਕ ਇਸ ਧਾਰਮਿਕ ਸਥਾਨ ਦਾ ਅਤੇ ਹਰ ਇੱਕ ਧਾਰਮਿਕ ਸਥਾਨ ਦਾ ਇੱਕ ਮਰਿਆਦਾ ਹੁੰਦੀ ਹੈ ਅਤੇ ਉਹ ਮਰਿਆਦਾ ਨੂੰ ਭੰਗ ਕਰਨ ਦਾ ਯਤਨ ਕੀਤਾ ਗਿਆ, ਉਹ ਜਾਣ ਬੁੱਝ ਕੇ ਕੀਤਾ ਗਿਆ। ਫਿਰ ਕਿਉਂਕਿ ਬੇਟੀ ਕਰਕੇ ਉਹਨਾਂ ਵੱਲੋਂ ਆਇਆ ਵੀ ਸਾਨੂੰ ਮਾਫ਼ੀ ਦਿੱਤੀ ਜਾਵੇ। ਮੈਂ ਸਮਝਦਾ ਕਿ ਚਲੋ ਮਾਫ਼ੀਆਂ ਦਾ ਬੜਬੜੇ ਸਿੱਖ ਧਰਮ ਦਾ ਬਹੁਤ ਵਿਸ਼ਾਲ ਆ, ਪਰ ਜੇ ਆਪਾਂ ਇੱਦਾਂ ਦੀਆਂ ਗੱਲਾਂ ਕਰ ਕਰਕੇ ਜਿਹਨਾਂ ਸਿੱਖ ਅਤੇ ਖਾਸ ਕਰਕੇ ਸਿੱਖੀ ਨੂੰ ਪਿਆਰ ਕਰਨ ਵਾਲਿਆਂ ਦੇ ਮਨਾਂ ਦੇ ਵਿੱਚ ਇੱਕ ਫਿਰ ਵੱਡਾ ਵਿਵਾਦ, ਇੱਕ ਗੁੱਸਾ ਵੀ ਉੱਠਦਾ ਕਿ ਜਾਣ ਬੁੱਝ ਕੇ ਜਿਹੜੀ ਕੋਈ ਕਾਰਵਾਈ ਕਰਦਾ ਉਹ ਫਿਰ ਬਖਸ਼ਣਯੋਗ ਨਹੀਂ ਹੁੰਦੀ। ਸੋ ਐਗਜੈਕਟਿਵ ਕਮੇਟੀ ਇਹ ਸਮੁੱਚੇ ਤੌਰ 'ਤੇ ਦੇਸ਼ ਅਤੇ ਵਿਦੇਸ਼ ਦੀਆਂ ਸੰਗਤਾਂ ਨੂੰ ਜੀਓ ਆਇਆਂ ਕਹਿੰਦੀ ਆ, ਜਿਹੜੇ ਇੱਥੇ ਆਉਂਦੇ ਆ ਉਹਨਾਂ ਨੂੰ ਅਸੀਂ ਬੋਰਡ ਵੀ ਲਾਏ ਆ, ਕੁਛ ਉੱਥੇ ਸਾਡੇ ਸਪੀਕਰਾਂ ਦੇ ਮੁੰਡੇ ਬੋਲਦੇ ਵੀ ਆ ਜੀ ਆਇਆਂ ਨੂੰ, ਪਰ ਇਸ ਸਥਾਨ ਦਾ ਅਤੇ ਹਰ ਧਾਰਮਿਕ ਸਥਾਨ ਦਾ ਇੱਕ ਮਰਿਆਦਾ ਆ, ਉਹ ਮਰਿਆਦਾ ਨੂੰ ਭੰਗ ਨਾ ਕਰੋ, ਕਿਉਂਕਿ ਸਾਡਾ ਵੀ ਚਿੱਤ ਨਹੀਂ ਕਰਦਾ ਫਿਰ ਵੀ ਕਿਸੇ ਨੂੰ ਕੋਈ ਸਜ਼ਾ ਦਿੱਤੀ ਜਾਵੇ। ਪਰ ਜਿਹੜੇ ਮੋਬਾਈਲ ਵਰਤੋਂ ਕਰਦੇ ਆ ਉਹਨਾਂ ਨੂੰ ਮੈਂ ਖਾਸ ਕਰਕੇ ਕਹਿਣਾ ਚਾਹੁੰਦਾ, ਕਿਉਂਕਿ ਸਿੰਘ ਸਾਹਿਬ ਨੇ ਵੀ ਹੁੰਦਾ ਆਦੇਸ਼ ਕਰ ਦਿੱਤਾ ਕਿ ਚਾਹੇ ਕੋਈ ਬਾਲੀਵੁੱਡ ਆਵੇ ਹਾਲੀਵੁੱਡ ਆਵੇ ਉਹਨੂੰ ਆਪਾਂ ਕੋਈ ਵੀਡੀਓ ਨਹੀਂ ਬਣਾਈ ਜਾਊਗੀ। ਅਤੇ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਡੇ ਮੈਨੇਜਰ ਸਾਹਿਬ ਨੂੰ ਵੀ ਇਹ ਹੁਕਮ ਕੀਤਾ ਕਿ ਮੋਬਾਈਲ ਲੈ ਕੇ ਜਾਣ, ਸਿਰਫ ਫੋਟੋ ਖਿੱਚੀ ਜਾਵੇ, ਉਦੋਂ ਜ਼ਿਆਦਾ ਉੱਥੇ ਕੈਮਰਾ ਘੁਮਾਉਣਾ ਉੱਥੇ ਜਾ ਕੇ ਦੂਸਰਿਆਂ ਨੂੰ ਫਿਰ ਪਰੇਸ਼ਾਨੀ ਕਰਨੀ, ਇਹਨੂੰ ਬਿਲਕੁਲ ਅਲਾਓ ਨਹੀਂ ਕੀਤਾ ਜਾਊਗਾ। ਦੇਖੋ ਬੇਨਤੀ ਇਹ ਆ, ਲੀਗਲ ਬੈਟਲ ਤਾਂ ਹਰ ਇੱਕ ਨੂੰ ਲੜਨ ਦੀ, ਜੇ ਕਿਸੇ 'ਤੇ ਪਰਚਾ ਦਰਜ ਹੋ ਜਾਂਦਾ ਅਧਿਕਾਰ ਆ। ਹੁਣ ਉਹਨਾਂ ਨੇ ਲਿਖ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਕ ਚਿੱਠੀ ਮੈਨੂੰ ਲਿਖੀ ਆ, ਕਿਉਂਕਿ ਉਹ ਸਿੱਖ ਨੇ ਅਕਾਲ ਤਖ਼ਤ 'ਤੇ ਸੱਦੀ ਨਹੀਂ ਜਾ ਸਕਦੀ। ਅਸੀਂ ਕੋਈ ਇੰਨੇ ਜਾਬਰ ਵੀ ਨਹੀਂ ਗਏ ਵੀ ਆਪਣਾ ਇਸਤਰੀ ਜਾਤੀ ਦੇ ਕੋਈ ਤਸ਼ੱਦਦ ਕਰੀਏ ਜਾਂ ਇਸਤਰੀ ਜਾਤੀ ਨੂੰ ਉਹਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ, ਪਰ ਮੈਂ ਪਹਿਲਾਂ ਵੀ ਬੋਲਦੇ ਨੇ ਕਿਹਾ ਕਿ ਜਾਣ ਦੇ ਵਿੱਚ ਜਿਹੜੀ ਉਹ ਨਹੀਂ ਗਲਤੀ, ਅਣਜਾਣੇ ਦੀ ਮਾਫ਼ੀ ਕੀਤੀ ਜਾ ਸਕਦੀ ਆ, ਅਤੇ ਜਿਹੜੇ ਜਾਣ ਕੇ ਤੁਸੀਂ ਕਰੋ ਵੀ ਕੀ ਆ ਵੀ ਉਹ ਜਿੱਦਣ ਆਈ ਕਿੰਨੀ ਸੰਗਤ ਸੀ, ਦੇਖਿਆ ਕੋਈ ਯੋਗਾ ਇੱਥੇ ਕਰਦਾ, ਇੱਥੇ ਦੀ ਇੱਕ ਪਰੰਪਰਾ ਆ। ਸੋ ਮੇਰਾ ਕਹਿਣ ਤੋਂ ਭਾਵ ਵੀ ਅਸੀਂ ਤਾਂ ਕੋਈ ਇੱਦਾਂ ਦੇ ਨਹੀਂ ਗਏ, ਪਰ ਜੇ ਉਹਨੇ ਕਾਨੂੰਨੀ ਚਾਰਾ ਚੋਰੀ ਕਰਨੀ ਉਹਦਾ ਹੱਕ ਬਣਦਾ ਕਰੇ। ਉਹ ਇਲਜ਼ਾਮ ਲਾ ਰਹੀ ਆ ਵੀ ਬਾਹਰ ਪ੍ਰੋਪਰ ਨਾ ਲਿਖਿਆ ਨਹੀਂ ਹੋਇਆ ਕਿਹੜੀ ਕਿਹੜੀ
ਦੇਖੋ ਇਹ ਬਿਲਕੁਲ ਗਲਤ ਗੱਲ ਆ, ਇਹ ਲੇਮ ਐਕਸਕਿਊਜ਼ ਇੱਕ ਬਣਾਇਆ ਜਾ ਰਿਹਾ, ਕਿਉਂਕਿ ਜਿਸਲੇ ਇੱਥੇ ਸੱਚਖੰਡ 'ਚ ਪੈਰ ਪਾਉਂਦਾ ਕੋਈ ਬੰਦਾ ਤੇ ਉਹ ਸਾਰਾ ਵਾਤਾਵਰਨ ਦੇਖ ਲੈਂਦਾ, ਤੇ ਮੇਰਾ ਖਿਆਲ ਉਹਨੂੰ ਵਾਤਾਵਰਨ ਦਾ ਵੀ ਪਤਾ ਸੀ, ਜਾਂ ਤਾਂ ਕੋਈ ਹੋਵੇ ਨਾ ਵੀ ਇੱਕ ਹੋਰ ਕਰਦਾ ਹੋਈ ਸੀ ਜਾਂ ਕੋਈ ਸੀ, ਇਹ ਬਿਲਕੁਲ ਲੇਮ ਉਹਦਾ ਐਕਸਕਿਊਜ਼ ਆ, ਜਿਹੜਾ ਬਹਾਨਾ ਆ ਇਹ ਬਹਾਨਾ ਘੜਿਆ ਘੜਾਇਆ ਹੀ ਆ, ਇਹ ਮੇਰਾ ਖਿਆਲ ਕਿਸੇ ਵੀ ਤਰ੍ਹਾਂ ਬਾਹਰ ਨਹੀਂ।